ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਆ ਜੀ ਸਾਰਿਆਂ ਦਾ ਵੀਡੀਓ ਦੇ ਵਿੱਚ ਔਰ ਉਮੀਦ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਆਪਾਂ ਨਾਮ ਸਿਮਰਨ ਦੇ ਬਾਰੇ ਇੱਕ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਉਹ ਇਧਰ ਨੂੰ ਗਏ ਸੀਗੇ ਮੈਂ ਤਾਂ ਅਕਬੀਰ ਘੁੰਮਣ ਉੱਥੇ ਵੀਡੀਓ ਆਪਾਂ ਬਣਾਉਣ ਲੱਗ ਪਏ ਤੋਂ ਉਹ ਸਿਗਾ ਇੱਕ ਮੋੜ ਇਦਾਂ ਪਹਾੜੀਆਂ ਜੀਆਂ ਦੇ ਵਿੱਚ ਉੱਥੇ ਗੱਡੀਆਂ ਆਉਂਦੀਆਂ ਪਲ-ਪਲ ਵਾਦਾਂ ਤਾਂ ਵੀਡੀਓ ਉਹ ਇਕਾਗਰਤਾ ਦੇ ਨਾਲ ਬਣ ਨਹੀਂ ਸਕੀ ਉਹਦੇ ਵਿੱਚ ਕਮੈਂਟ ਵੀ ਇਹੀ ਸੀਗੇ ਦੋ ਤਿੰਨ ਕਿ ਕਾਲੀ ਵਿੱਚ ਬੋਲ ਰਹੇ ਕਹਿੰਦੇ ਕਾਲੀ ਪੈਂਦੀ ਆ ਸੁਣ ਕੇ ਪਹਿਣੀ ਸੀ ਕਾਲੀ ਕਿਉਂ ਮੈਂ ਬੋਲਿਆ ਕਾਲੀ ਹੀ ਸੀਗਾ ਤੇ ਵੀਡੀਓ ਤਾਂ ਮੈਂ ਕਰ ਦਿੱਤੀ ਪੋਸਟ ਵੀ ਕਰ ਦਿੱਤੀ ਸੀ ਉਹਨੂੰ ਤੁਸੀਂ ਦੇਖਿਆ ਵੀ ਬਹੁਤ ਇਹ ਨਹੀਂ ਕਿ ਉਹਨੂੰ ਉਹਨੂੰ ਵੀਊ ਵੀ ਆਏ ਪਰ ਮੇਰੀ ਤਸੱਲੀ ਨਹੀਂ ਹੋਈ ਮੇਰੀ ਤਸੱਲੀ ਨਹੀਂ ਹੋਈ ਮੇਰੇ ਮਨ ਵਿੱਚ ਉਦੋਂ ਹੀ ਸੀਗਾ ਮੈਂ ਕਿਹਾ ਨਾਮ ਸਿਮਰਨ ਬਾਰੇ ਆਪਾਂ ਗੱਲ ਕੀਤੀ ਆ ਇੱਥੇ ਤਾਂ ਇਕਾਗਰਤਾ ਨਾਲ ਗੱਲ ਹੋਣੀ ਚਾਹੀਦੀ ਸੀ ਸਿਮਰਨ ਦਾ ਤਾਂ ਸੰਬੰਧ ਹੈ ਇਕਾਗਰਤਾ ਨਾਲ ਆਪਾਂ ਵੀਡੀਓ ਹੀ ਕਾਲੀ ਵਿੱਚ ਕੀਤੀ ਕੇਸ ਕਰਕੇ ਆਪਾਂ ਦੁਬਾਰਾ ਹੋ ਸਕਦਾ ਮੈਂ ਉਹੀ ਗੱਲਾਂ ਮੁੜ ਕੇ ਕਰਾਂ ਤਾਂ ਜਾਂ ਕੁਝ ਨਮੀਆਂ ਵੀ ਕਰ ਸਕਾਂ ਪਰ ਮੈਂ ਅੱਜ ਤਸੱਲੀ ਨਾਲ ਆ ਉਹ ਸਿਮਰਨ ਬਾਰੇ ਗੱਲ ਕਿੱਧਰੋਂ ਸ਼ੁਰੂ ਕੀਤੀ ਜਾਵੇ ਇਹ ਵੀ ਪਤਾ ਨਹੀਂ ਲੱਗਦਾ ਮੈਂ ਉਸ ਵੀਡੀਓ ਚ ਵੀ ਇਹ ਕਿਹਾ ਜਿਗਾ ਕਿ ਮੇਰਾ ਕੋਈ ਟੀਡਾ ਵੱਡਾ ਅਨੁਭਵ ਨਹੀਂ ਹੈ ਛੋਟਾ ਜਿਹਾ ਅਨੁਭਵ ਹੈ ਮੇਰੇ ਕੋਲੇ ਸਿਮਰਨ ਦਾ ਬਹੁਤ ਵਿਸ਼ਾਲ ਅਨੁਭਵ ਨਹੀਂ ਹੈ ਚਲੋ ਮਹਾਰਾਜ ਅੱਗੇ ਦੇ ਦੇਣਗੇ ਤਾਂ ਪਰ ਮੈਂ ਇਹ ਗੱਲ ਉਹਦੇ ਵਿੱਚ ਕੀਤੀ ਸੀਗੀ ਤੁਸੀਂ ਜੇ ਉਹ ਨਹੀਂ ਵੀਡੀਓ ਦੇਖੀ ਤਾਂ ਦੇਖਿਓ ਕਿ ਸਿਮਰਨ ਬਾਰੇ ਸਾਰਿਆਂ ਦੀ ਵਕਰੀ-ਵਕਰੀ رائے ਆ ਆਪਾਂ ਇਹ ਗੱਲਾਂ ਕੀਤੀਆਂ ਸੀਗੀਆਂ ਕਿ ਸਿਮਰਨ ਤੁਹਾਨੂੰ ਕੋਈ ਬੰਦਾ ਮਿਲੂਗਾ ਜਿਹੜਾ ਕਹੂਗਾ ਜੀ ਸਿਮਰਨ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਸਵਾਸਾਂ ਦੇ ਨਾਲ ਮਤਲਬ ਟੈਕਨੀਕ ਦੱਸਦਾ ਬੰਦਾ ਹੈ ਨਾ ਕੋਈ ਕੋਈ ਯੋਗ ਮਤਰਾ ਜੁੜਿਆ ਹੋਇਆ ਜਿਹੜੇ ਜਿੱਦਾਂ ਜੇ ਤੁਸੀਂ ਉਹਨਾਂ ਨੂੰ ਮਿਲੋਗੇ ਨਾ ਜਿਹੜੇ ਜਿੱਦਾਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦੇ ਜਿਹੜੇ ਹੈਗੇ ਸੰਪਰਦਾ ਨਾਲ ਜੁੜੇ ਹੋਏ ਉਹਨਾਂ ਦੇ ਸਿਮਰਨ ਕਰਨ ਦਾ ਤੁਹਾਨੂੰ ਮਹਾਪੁਰਖਾਂ ਦਾ ਵੱਖਰਾ ਤਰੀਕਾ ਤੁਹਾਨੂੰ ਦੱਸਾਂਗੇ। ਯੁਗਤੀ ਆ। ਹਰ ਤਰ੍ਹਾਂ ਦੀਆਂ ਯੁਗਤੀਆਂ ਆ ਕਿਸੇ ਨੂੰ ਨਕਾਰਿਆ ਨਹੀਂ ਜਾ ਸਕਦਾ। ਪਰ ਇੱਕ ਹੁੰਦੀ ਨਾ ਕਿ ਜਟਕੀ ਜੇ ਗੱਲ ਹੁੰਦੀ ਜਟਕੀ ਜੇ ਹੈ ਨਾ ਸਿੱਧੀ ਜਈ। ਪਿੰਡੂ ਜੀ ਬੰਦਾ ਹੁਣ ਸਿੱਧਾ ਪਤਰਾ ਕੋਈ ਵਿਚਾਰਾ ਖੇਤ ਬੰਨੇ ਆਪਣਾ ਜਾਣੇ ਵਾਲਾ ਬਹੁਤੀ ਗੱਲ ਜਾਣਦਾ ਹੀ ਨਹੀਂਗਾ। ਤੇ ਉਹ ਉਹ ਵੇ ਕਹਿੰਦਾ ਵੀ ਦੱਸੋ ਜੀ ਸਿੱਧੀ ਪੱਤਰੀ ਗੱਲ ਦੱਸੋ। ਤਾਂ ਉਸ ਤਰ੍ਹਾਂ ਦੇ ਸੰਗਤ ਮੈਨੂੰ ਲੱਗਦਾ ਸੱਜਣ ਜ਼ਿਆਦਾ ਹੈਗੇ ਆ ਮੈਂ ਖੁਦ ਵੀ ਉਸ ਤਰ੍ਹਾਂ ਦੇ ਚੁਈਆਂ ਨਾ ਬਹੁ ਗਿਣਤੀ ਸਾਡੀ ਉਹਨਾਂ ਦੀ ਆ ਜਿਨ੍ਹਾਂ ਨੂੰ ਬਹੁਤੀ ਵਿੰਗਵਾਲ ਨਹੀਂ ਸਮਝ ਆਉਂਦੇ ਤੋਂ ਗੁਰੂ ਸਾਹਿਬ ਜੀ ਨੇ ਨਾ ਵਿੰਗਵਾਲ ਬਹੁਤੇ ਪਾਈ ਵੀ ਨਹੀਂ ਹੈਗੇ ਮਹਾਰਾਜ ਨੇ ਵਿੰਗਵਾਲ ਕੱਢੇ ਆ ਸਿੱਖੀ ਸ਼ੁਰੂ ਹੀ ਤਾਂ ਕਰਕੇ ਹੋਈ ਕਿ ਵਿੰਗਵਾਲ ਨਹੀਂ ਸੀ ਚਾਹੀਦਾ ਵਿੰਗੇ ਰਸਤੇ ਤਾਂ ਬਹੁਤ ਸੀਗੇ ਪਹਿਲਾਂ ਹੀ ਕਹਿੰਦੇ ਨਾ ਕਿ ਰੱਬ ਦੇ ਘਰ ਨੂੰ ਹੀ ਸਾਰੇ ਰਸਤੇ ਜਾਂਦੇ ਆ ਨਵਾਂ ਰਸਤਾ ਉਹਦਾ ਹੀ ਖੋਜਦੇ ਆ ਜਿਹਦੇ ਕੋਈ ਪੁਰਾਣੇ ਰਸਤੇ ਖਰਾਬ ਹੋ ਜਾਣ ਜਾਂ ਟੇਡੇ ਹੋਣ ਬੰਦਾ ਕਹਿੰਦਾ ਸਿੱਧਾ ਜਿਹਾ ਮਾਰਗ ਚਾਹੀਦਾ ਯਾਰ ਕਿਉਂ ਲੋੜ ਪੈ ਗਈ ਸਿੱਖੀ ਦੀ ਪਹਿਲਾਂ ਹੀ ਬਹੁਤ ਸਾਰੇ ਮਾਰਗ ਸੀਗੇ ਇਸਲਾਮ ਫੈਲਿਆ ਹੋਇਆ ਸੀ ਉਦੋਂ ਪੂਰੀ ਦੁਨੀਆ ਚ ਹਿੰਦੂ ਮਤ ਬਹੁਤ ਵੱਡਾ ਮਤ ਸਨਾਤਨ ਬਹੁਤ ਪੁਰਾਣਾ ਬੋਧ ਮਤ ਜੈਨ ਮਤ ਬਹੁਤ ਕੁਝ ਸੀ ਸਿੱਖੀ ਦੀ ਕਿਉਂ ਲੋੜ ਪੈ ਗਈ ਇਹੀ ਕਾਰਨ ਸੀ ਸਿੱਧ ਗੋਸ਼ਟ ਬਾਣੀ ਰਾਮਕਲੀ ਰਾਗ ਦੇ ਵਿੱਚ ਗੁਰੂ ਸਾਹਿਬ ਜੀ ਨੇ ਦਰਜ ਕੀਤੀ ਆ ਪੜੋ ਸਾਰੇ ਸਵਾਲ ਜਵਾਬ ਸਿੱਧਾਂ ਦੇ ਨਾਲ ਇਹੀ ਹੋਏ ਉਹ ਮਹਾਰਾਜ ਕਹਿੰਦੇ ਉਹ ਕਹਿੰਦੇ ਵੀ ਤੁਸੀਂ ਇੱਥੇ ਇੱਥੇ ਕਿੱਦਾਂ ਆ ਗਏ ਮਹਾਰਾਜ ਕਹਿੰਦੇ ਤੁਸੀਂ ਇੱਥੇ ਕਿਉਂ ਆਏ ਠੀਕ ਹੈ ਨਾ ਉਹ ਕਹਿੰਦੇ ਤੁਸੀਂ ਇਸ ਮੇਰ ਪਰਬਤੇ ਕਿੱਦਾਂ ਆ ਗਏ ਦੁਨੀਆ ਆਮ ਦੁਨੀਆਦਰ ਆ ਨਹੀਂ ਸਕਦਾ ਮਹਾਰਾਜ ਕਹਿੰਦੇ ਆ ਨਹੀਂ ਸਕਦਾ ਇੱਥੇ ਆਏ ਕਿਉਂ ਤੁਸੀਂ ਇੱਥੇ ਆਉਣਾ ਹੀ ਕਿਉਂ ਆ ਹੈ ਇੰਨੀ ਸੋਹਣੀ ਕਹਿੰਦੇ ਧਰਤੀ ਛੱਡ ਕੇ ਕੁਦਰਤ ਉੱਤੇ ਖਿੜੀ ਆ ਫੁੱਲ ਖਿੜੇ ਆ ਹੈ ਨਦੀਆਂ ਨਾਲੇ ਆ ਝੀਲਾਂ ਆ ਇੰਨਾ ਸੋਹਣਾ ਉੜਦੇ ਪੰਛੀ ਫੁੱਲ ਭੌਰੇ ਤੋਂ ਆਉਂਦੀਆਂ ਜਾਂਦੀਆਂ ਰੁੱਤਾਂ ਮੌਸਮ ਹੈ ਨਾ ਇਕ ਤੇ ਮਾਰੂ ਥਾਲਾ ਕਿਤੇ ਸਮੁੰਦਰ ਇੰਨੀ ਸੋਣੀ ਕਹਿੰਦੇ ਤੁਸੀਂ ਇਧਰ ਪਹਾੜ ਦੀ ਕੰਧਰਾਂ 'ਚ ਆ ਕੇ ਲੁਕੇ ਬੈਠੇ ਆ ਮਹਾਰਾਜ ਕਹਿੰਦੇ ਉਹ ਕੁਦਰਤ ਵਿੱਚ ਵੱਸਦਾ ਕੁਦਰਤ ਕਰਕੇ ਵੱਸਿਆ ਸੋਏ ਤੋਂ ਇਹ ਗੱਲ ਉਹਨਾਂ ਦੀ ਮਹਾਰਾਜ ਨਾਲ ਹੋਈਆਂ ਖੈਰ ਆਪਾਂ ਸਿਮਰਨ ਬਾਰੇ ਗੱਲ ਕਰਨੀ ਆ ਪਰ ਇਹ ਗੱਲਾਂ ਵੀ ਜ਼ਰੂਰੀ ਆ ਉਹਦੇ ਨਾਲ ਹੀ ਜੁੜੀਆਂ ਆ ਉਹ ਤੋਂ ਵੱਖਰੀਆਂ ਨਹੀਂ ਹੈਗੀਆਂ ਗੱਲਾਂ ਤੋਂ ਉਹ ਵੇ ਕਹਿੰਦੇ ਵੀ ਤੁਹਾਡਾ ਰਸਤਾ ਕੀ ਆ ਮਹਾਰਾਜ ਕਹਿੰਦੇ ਸਿੱਧਾ ਜਿਹਾ ਰਸਤਾ ਹੈਗਾ ਬਸ ਸੰਸਾਰ ਵਿੱਚ ਰਹੋ ਜਿੱਦਾਂ ਕਮਲ ਦਾ ਫੁੱਲ ਰਹਿੰਦਾ ਆ ਉਹ ਕਹਿੰਦੇ ਸੀ ਨਾ ਸੰਸਾਰ ਤਾਂ ਚੱਕੜ ਆ ਮਹਾਰਾਜ ਕਹਿੰਦੇ ਕਮਲ ਦਾ ਫੁੱਲ ਚੱਕੜ 'ਚ ਹੀ ਖੜਦਾ ਆ ਇਹਦੇ ਟਾਸਕ ਕਹਿੰਦੇ ਫਿਰ ਭੱਜ ਖੜੇ ਹੋਏ ਤੁਸੀਂ ਗੁਰੂ ਸਾਹਿਬ ਕਹਿੰਦੇ ਰੱਬ ਦੇ ਰਾਹ ਤੇ ਤੁਰਨ ਵਾਲਾ ਸੂਰਮਾ ਹੁੰਦਾ ਪਰ ਸੂਰਮਾ ਕਹਿੰਦੇ ਭੱਜਦਾ ਨਹੀਂ ਕਦੀ ਤੁਸੀਂ ਕਹਿੰਦੇ ਭੱਜ ਖੜੇ ਹੋਏ ਆ ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀ ਤਹ ਸੂਰਾ ਇਹ ਸੂਰਮਾ ਕਦੀ ਕਹਿੰਦੇ ਤੁਸੀਂ ਪਿੱਠ ਦੇ ਕੇ ਪਰਬਤਾਂ ਤੇ ਛੁਪੇ ਬੈਠੇ ਉਹ ਮਹਾਰਾਜ ਨੂੰ ਪੁੱਛਦੇ ਸੀ ਅਸਲ ਚ ਪਹਿਲੀ ਤਾਂ ਗੱਲ ਉਹ ਮਹਾਰਾਜ ਨੂੰ ਬਾਲਾ ਕਹਿ ਕੇ ਗੱਲ ਕਰਦੇ ਸੀ ਬਾਲਕਾ ਮਹਾਰਾਜ ਸਾਹਿਬ ਦਾ ਕਾਲਾ ਦਾੜਾ ਸੀ ਇਸਲੇ ਠੀਕ ਹੈ ਜੀ ਕਾਲਾ ਦਾੜਾ ਸੀ 30 30 ਸਾਲ ਦੀ ਮਹਾਰਾਜ ਦੀ ਆਜੂ ਸੀ 31 ਸਾਲ ਦੀ ਜਦੋਂ ਮਹਾਰਾਜ ਸਮੇਰ ਪਰਬਤੇ ਗਏ ਕਾਲਾ ਦਾੜਾ ਮਹਾਰਾਜ ਦਾ ਤੇ ਰੰਗ ਕਹਿੰਦੇ ਮਹਾਰਾਜ ਦਾ ਇਸ ਤਰ੍ਹਾਂ ਗੁਲਾਬੀ ਅਸੀਂ ਨਹੀਂ ਉਹਦਾ ਕਰ ਸਕਦੇ ਮੈਂ ਜਨ ਮਹਾਰਾਜ ਕਿ ਸੁੰਦਰ ਪ੍ਰੂਪ ਹੋ ਕੇ ਹਨਾ ਨਿਰਜਰ ਨਿਰੂਪਕ ਸੁੰਦਰ ਸਰੂਪ ਕਿੰਨਾ ਸੁੰਦਰ ਸਰੂਪ ਹੋਗਾ ਨਹੀਂ ਕਿਹਾ ਜਾ ਸਕਦਾ ਬਸ ਇਸ ਤਰ੍ਹਾਂ ਪਾਗਲ ਕਰ ਦੇਣ ਵਾਲਾ ਜਾਂ ਹੋਸ਼ ਭੁਲਾ ਦੇਣ ਵਾਲੀ ਸੁੰਦਰਤਾ ਤਾਂ ਉਹ ਦੇਖ ਕੇ ਪਹਿਲਾਂ ਤਾਂ ਹੋਗਾ ਘਰ ਵੀ ਇਹ ਕਿਸ ਤਰ੍ਹਾਂ ਦਾ ਇਨਸਾਨ ਆ ਨਾਲ ਬਾਬਾ ਮਰਦਾਨਾ ਜੀ ਸੀਗੇ ਬڑے ਸਵਾਲ ਜਵਾਬ ਹੋਏ ਜੀ ਤੇ ਬਿਠਾਤੀ ਮਹਾਰਾਜ ਨੂੰ ਉਹ ਲੋਕ ਮਹਾ ਗਿਆਨੀ ਸੀ ਪਹਿਲਾਂ ਤਾਂ ਉਮਰਾਂ ਦਾ ਹੰਕਾਰ ਉਹ ਸੈਂਕੜੇ ਸਾਲਾਂ ਉਮਰਾਂ ਉਹਨਾਂ ਨੇ ਦਸਮ ਦੁਆਰ ਦੁਆਰਾ ਜੁਗਤੀ ਦੁਆਰਾ ਆਪਣੀ ਉਮਰਾਂ ਵਧਾਈਆਂ ਹੋ ਗਈਆਂ ਸੀ ਦਾੜੇ ਲੰਮੇ ਲੰਮਕਲਮਕ ਕੇ ਥੱਲੇ ਤੱਕ ਤੇ ਪਰਵੱਟੀ ਵੀ ਪਤਾ ਨਹੀਂ ਕਿੱਥੇ ਕਿੱਥੇ ਪਹੁੰਚ ਗਏ ਸੀ ਉਹਨਾਂ ਦੇ ਜਟਾਵਾਂ ਬੜਾ ਕੁਝ ਤਾਂ ਉਹ ਬਾਲਕਾ ਕਹਿੰਦੇ ਮਹਾਰਾਜ ਨੂੰ ਸਿੱਧ ਪੁੱਛਣ ਸੁਣ ਬਾਲਿਆ ਕੌਣ ਸ਼ਕਤ ਤੋਂ ਇੱਥੇ ਲਿਆਈ ਕਿਹੜੀ ਸ਼ਕਤੀ ਕਹਿੰਦੇ ਚਲੇ ਆਈ ਤੇ ਇਹਨੂੰ ਇੱਥੇ ਤਾਂ ਪਹੁੰਚ ਨਹੀਂ ਸਕਦਾ ਕੋਈ ਉਹ ਤਾਂ ਯੋਗ ਸਿੱਧੀ ਦੁਆਰਾ ਹੀ ਊੜੂੜ ਕੇ ਚੱਲ ਜਾਂਦੇ ਸੀ ਉੱਥੇ ਤਾ ਮਹਾਰਾਜ ਕਹਿੰਦੇ ਇਹ ਕੋਈ ਸਵਾਲ ਆ ਕੋਈ ਅੰਦਰ ਦੀ ਗੱਲ ਪੁੱਛੋ ਦੱਸੋ ਇਹ ਕਿਹੜੇ ਸਵਾਲ ਆ ਇੱਥੇ ਕਿਦਾਂ ਆਇਆ ਕਹਿੰਦੇ ਲਿਆ ਆ ਬਸ ਮੈਨੂੰ ਲਿਉਣੇ ਆਲਾ ਤੁਸੀਂ ਆ ਸਕਦੇ ਆ ਤਾਂ ਮੈਂ ਕਿਉਂ ਨਹੀਂ ਮੈਂ ਵੀ ਤਾਂ ਤੁਹਾਡੇ ਵਰਗਾ ਹੀ ਆ ਤੁਸੀਂ ਮੇਰੇ ਵਰਗੇ ਹੀ ਹਾਲਾਂਕਿ ਮਹਾਰਾਜ ਵਰਗੇ ਨਹੀਂ ਸੀਗੇ ਖੈਰ ਮਹਾਰਾਜ ਸਾਹਿਬ ਜੀ ਨਾਲ ਫੇ ਅਗਲਾ ਹੋਈਆਂ ਚਿੱਕੜ ਦੱਸਣ ਦੇ ਸੀ ਉਸ ਸੰਸਾਰ ਨੂੰ ਮਹਾਰਾਜ ਕਹਿੰਦੇ ਕਮਲ ਦਾ ਪੁੱਲ ਖੇੜਦਾ ਆ ਉਸੇ ਚਿੱਕੜ 'ਚ ਮੁਰਗਾਬੀ ਉਹਦੇ ਵਿੱਚ ਹੀ ਰਹਿੰਦੀ ਆ ਤਾਂ ਪਰ ਉਡਾਰੀ ਮਾਰ ਜਾਂਦੀ ਜਿੱਲੇ ਮਰਜੀ ਉਹਦੇ ਖੰਭ ਭਜਦੇ ਹੀ ਨਹੀਂ ਬਿਲਕੁਲ ਠੀਕ ਆ ਨਾ ਕਹਿੰਦੇ ਮੇਰਾ ਸਿੱਖ ਇਦਾਂ ਹੀ ਰਹੂਗਾ ਸੰਸਾਰ ਦੇ ਵਿੱਚ। ਤੋਂ ਗੁਰੂ ਸਾਹਿਬ ਨੇ ਮਾਰਗ ਭਾਵ ਕੇ ਸੌਖਾ ਦੱਸਿਆ। ਗੁਰੂ ਸਾਹਿਬ ਨੇ ਕਿਹਾ ਕਿ ਉੱਠਤ ਬੈਠਤ ਸੋਵਤ ਨਾਮ। ਮਹਾਰਾਜ ਨੇ ਕਿਹਾ ਕੋ ਨਾਨਕ ਜਨਕ ਸਤਿ ਕਾਮ ਗੁਰੂ ਅਰਜਨ ਦੇਵ ਜੀ ਕਹਿੰਦੇ ਕਹਿੰਦੇ ਨਾਮ ਤਾਂ ਹੈਗਾ ਆ ਉੱਠਦੇ ਆ ਬੈਠਦੇ ਆ ਤੁਰਦੇ ਆ ਫਿਰਦੇ ਆ ਜਪਣੇ ਵਾਲੀ ਚੀਜ਼ ਆ। ਹਾਂ ਜਿਨ੍ਹਾਂ ਨੇ ਸਾਰਾ ਇਸੇ ਪਾਸੇ ਹੀ ਲੇਖੇ ਲਾ ਦਿੱਤਾ ਮਹਾਂਪੁਰਖ ਹੋ ਗਿਆ ਜਿਹੜੇ ਤੇ ਲੋਕ ਤਾਂ ਉਹਨਾਂ ਦੀ ਨਿੰਦਿਆ ਕਰਨ ਤੁਰ ਪੈਂਦੇ ਪਰ ਉਹ ਵੀ ਗੁਰੂ ਦੀ ਨਗਰ ਜਿਹੜੇ ਪ੍ਰਮਾਨ ਜਿਹੜੀ ਜਣਾ ਹਰ ਸਾਹ ਹੀ ਇਧਰ ਨੂੰ ਹੀ ਪ੍ਰਮਾਨ ਕਰ ਦਿੱਤਾ ਕੁਰਬਾਨ। ਜ਼ਿੰਦਗੀ ਇੱਕੋ ਮਕਸਦ ਉਹਨਾਂ ਨੇ ਫਿਰ ਲੱਖਾਂ ਨੂੰ ਜਪਉਣਾ ਜੋ ਹੋਇਆ ਉਹ ਬੱਕਰੀ ਗੱਲ ਪਰ ਇੱਕ ਸੰਸਾਰੀ ਬੰਦਾ ਰਹਿੰਦਿਆਂ ਉਹਨੂੰ ਮਾਰੇ ਨੇ ਇਹੀ ਕਿਹਾ ਉਹਨੂੰ ਕਹਿੰਦੇ ਤੁਰਦਾ ਫਿਰਦਾ ਵਾਹਿਗੁਰੂ ਵਾਹਿਗੁਰੂ ਜਪੇ ਜੇ ਨਾਮ ਸਿਮਰਨ ਵਾਲੇ ਪਾਸੇ ਤੁਰਨ ਦਾ ਮਨ ਹੈ ਤੁਹਾਡਾ ਜੇ ਤੁਸੀਂ ਵੀਡੀਓ ਇਹ ਦੇਖ ਰਹੇ ਆ ਤਾਂ ਮਤਲਬ ਤੁਹਾਨੂੰ ਸ਼ੌਂਕ ਹੈ ਤਾਂ ਮੈਂ ਸਲਾਹ ਦਿੰਦਾ ਸਭ ਤੋਂ ਵੱਧ ਭਾਈ ਵੀਰ ਸਿੰਘ ਜੀ ਦਾ ਸਾਹਿਤ ਪੜੋ ਭਾਈ ਵੀਰ ਸਿੰਘ ਦਾ ਸਾਹਿਤ ਦੇ ਵਿੱਚ ਇੱਕ ਸ਼ਕਤੀ ਆ ਇੱਕ ਕਲਾ ਆ ਉਹਦੇ ਵਿੱਚ ਇੱਕ ਖਿੱਚ ਆ ਉਹ ਪੜਦਿਆਂ ਹੀ ਤੁਹਾਡਾ ਮਨ ਸਿਮਰਨ ਵਾਲੇ ਪਾਸੇ ਤੁਰੂਗਾ ਕਿਉਂਕਿ ਜਿਹੜੀ ਲਿਖਤ ਹੁੰਦੀ ਆ ਨਾ ਉਹਦੇ ਵਿੱਚ ਲਿਖਣੇ ਵਾਲਾ ਆਪ ਬੈਠਾ ਹੁੰਦਾ ਆ ਬਾਣੀ ਗੁਰੂ ਕਿਉਂ ਆ ਕਿਉਂਕਿ ਗੁਰੂ ਦੀ ਬਾਣੀ ਆ ਇਸ ਕਰਕੇ ਬਾਣੀ ਗੁਰੂ ਆ ਕਿਉਂਕਿ ਲਿਖਣੇ ਵਾਲਾ ਗੁਰੂ ਆ ਗੁਰੂ ਦੇ ਅੰਦਰੋਂ ਨਿਕਲੀ ਆ ਤੇ ਗੁਰੂ ਦਾ ਹਿਰਦਾ ਇਹਦੇ ਵਿੱਚ ਆ ਸ਼ਿਵ ਕੁਮਾਰ ਦੀ ਕੋਈ ਕਵਿਤਾ ਪੜਦਾ ਆ ਉਦਾਹਰਣ ਦੇ ਰਿਹਾ ਮੈਂ ਉਹ ਉਦਾਸ ਹੋ ਜਾਂਦਾ ਬੰਦਾ ਅਤ ਦਾ ਗਹਿਰੀ ਉਦਾਸੀ ਤੇ ਚਲਾ ਜਾਂਦਾ ਤੁਸੀਂ ਜਿਹੜੇ ਪੜਦੇ ਹੋਮੋਗੇ ਸ਼ਿਵ ਕੁਮਾਰ ਬਟਾਲਵੀ ਨੂੰ ਪੜਿਆ ਹੋ ਜਿਨਾ ਗਹਿਰੀ ਉਦਾਸੀ ਵਿੱਚ ਚਲੇ ਜਾਂਦਾ ਬੰਦਾ ਇਹ ਵਾਰ ਰੂਨ ਲਾ ਪੈਂਦਾ ਬੰਦਾ ਕਿਉਂ ਸ਼ਿਵ ਤਾਂ ਹੈ ਨਹੀਂ ਤੁਹਾਡੇ ਕੋਲ ਬੈਠਾ ਪਰ ਉਹਦੇ ਬੋਲ ਆ ਉਹ ਆਪਣੇ ਅੱਖਰਾਂ ਵਿੱਚ ਪਿਆ ਆ ਉਹਦਾ ਹਿਰਦਾ ਉੱਥੇ ਪ੍ਰਗਟ ਹੋ ਜਾਂਦਾ ਭਾਵੇਂ ਉਹ ਕਦੋਂ ਭਾਵੇਂ ਮਰੇ ਨੂੰ ਸਦੀਆਂ ਹੋ ਜਾਣ ਉਹਦਾ ਉੱਥੇ ਹਿਰਦਾ ਪ੍ਰਗਟ ਹੋ ਜਾਂਦਾ ਜੋ ਉਹਦੀ ਲਿਖਣ ਵੇਲੇ ਮਨੋਦਸ਼ਾ ਹੋਊਗੀ ਉਹ ਅੱਖਰਾਂ ਦੇ ਵਿੱਚ ਸ਼ਬਦ 'ਚ ਬਹੁਤ ਤਾਕਤ ਹੁੰਦੀ ਆ ਠੀਕ ਆ ਨਾ ਇਸ ਕਰਕੇ ਜਿਹੜੇ ਰੰਗ ਵਿੱਚ ਗੁਰੂ ਸਾਹਿਬ ਨੇ ਬਾਣੀ ਕਹੀ ਆ ਸ਼ਬਦ ਕਿਹਾ ਆ ਉਸ ਵੇਲੇ ਜਿਸ ਰੰਗ ਵਿੱਚ ਗੁਰੂ ਸਾਹਿਬ ਜਿਲੇ ਉਹ ਬਾਣੀ ਨੂੰ ਪੂਰੇ ਧੋਰੰਦਰੋਂ ਜੁੜ ਕੇ ਪੜੋਗੇ ਨਾ ਕੰਨਾ ਨਾ ਸੁਣ ਕੇ ਜਿਹੜੀ ਮਹਾਰਾਜ ਨੇ ਤਕਨੀਕ ਦੱਸੀ ਆ ਕਿ ਗਾਵੀਐ ਸੁਣੀਐ ਮਨ ਰਖੀਐ ਪਾਉ ਮਹਾਰਾਜ ਨੇ ਤਰੀਕਾ ਦੱਸਿਆ ਸਿੱਧਾ ਸਿੱਧਾ ਮਹਾਰਾਜ ਕਹਿੰਦੇ ਪੜੋ ਬਾਣੀ ਨੂੰ ਜਾਂ ਗਾਉ ਕੀਰਤਨ ਰੂਪ ਵਿੱਚ ਪੂਰੇ ਧਿਆਨ ਨਾਲ ਸੁਣੋ ਕੰਨਾ ਨਾ ਬਹੁਤਾ ਔਕਾ ਕਮ ਨਹੀਂ ਦੱਸਿਆ ਮਹਾਰਾਜ ਨੇ ਮਹਾਰਾਜ ਕਹਿੰਦੇ ਬਸ ਇੰਨਾ ਧਿਆਨ ਅਸੀਂ ਕਹਿੰਦੇ ਨਾ ਧਿਆਨ ਇੱਥੇ ਰੱਖਣਾ ਹੁੰਦਾ ਕਿ ਕੋਈ ਚੀਜ਼ ਮਾੜੀ ਨਹੀਂ ਸਾਰੇ ਮਾਰਗ ਆ ਭੀ ਧਿਆਨ ਇੱਥੇ ਕੋਈ ਕਹਿੰਦਾ ਤੇ ਕੁਟੀਚ ਰੱਖਣਾ ਔਗਿਆ ਚੱਕਰ ਤੇ ਰੱਖਣਾ ਫਲਾਣੇ ਚੱਕਰ ਤੇ ਰੱਖਣਾ ਜੀ ਨਹੀਂ ਸਧਾਰਨ ਬੰਦਾ ਨਹੀਂ ਇਹਨਾਂ ਗੱਲਾਂ ਚ ਪੈਂਦਾ ਨਾ ਪੈਣਾ ਚਾਹੂਗਾ ਇਹ ਤਾਂ ਉਹਨਾਂ ਦਾ ਮਾਰਗ ਹੈ ਜਿਹੜੇ ਪਾਸੇ ਤੁਰ ਪਏ ਜੋਗ ਮਤ ਵਾਲ ਨੂੰ ਜਾਂ ਬਹੁਤ ਹੀ ਅੱਗੇ ਲੰਘ ਜਾਣਗੇ ਹਨ ਬਰੀਕ ਵਰਤੀ ਵਾਲੇ ਪਰ ਜਿਹੜਾ ਸਿੱਧਾ ਸਿੱਧਾ ਬੰਦਾ ਉਹਨੂੰ ਮਾਰਾਇ ਨਾ ਕਿਹਾ ਕਹਿੰਦੇ ਕੰਨਾਂ ਪੂਰੇ ਜਦੋਂ ਆਪਾਂ ਗੱਲ ਕਹਿੰਦੇ ਨਾ ਵੀ ਕੰਨ ਦੇ ਇੱਕ ਗੱਲ ਸੁਣ ਪੂਰੇ ਧਿਆਨ ਨਾਲ ਮੇਰੀ ਉਦਾਂ ਮਾਰਾ ਕਹਿੰਦੇ ਸਿਰਫ ਪੂਰੇ ਧਿਆਨ ਨਾਲ ਸੁਣਨਾ ਆ ਇਹਨੂੰ ਸਮਝ ਆਵੇ ਨਹੀਂ ਆਵੇ ਧਿਆਨ ਨਾਲ ਸੁਣਨਾ ਵੀ ਕੀ ਕਹਿ ਰਿਹਾ ਇਸ ਤਰ੍ਹਾਂ ਫਿਰ ਬਾਣੀ ਦੇ ਵਿੱਚ ਗੁਰੂ ਸਾਹਿਬ ਆਪ ਬੈਠੇ ਆ ਤਾਂ ਸਿਮਰਨ ਦੀ ਗੱਲ ਗੁਰੂ ਗ੍ਰੰਥ ਸਾਹਿਬ ਨੇ ਹਰ ਇੱਕ ਅੰਗ ਤੇ ਕੀਤੀ ਆ ਮੈਂ ਸਹਿਜ ਪਾਠ ਕਰਕੇ ਇਸ ਗੱਲ ਦਾ ਅਹਿਸਾਸ ਕੀਤਾ ਵੀ ਕੋਈ ਅੰਗ ਮਹਾਰਾਜ ਦਾ ਇਦਾਂ ਦਾ ਨਹੀਂ ਇੱਕ ਚਲੋ ਰਾਗ ਮਾਲਾ ਵਿੱਚ ਮਹਾਰਾਜ ਸਾਬ੍ਹ ਨੇ ਸਿਰਫ ਰਾਗਾਂ ਦਾ ਜ਼ਿਕਰ ਕੀਤਾ ਆ ਪਰ ਫਿਰ ਵੀ ਜੇ ਗਹਿਨ ਅਰਥ ਕੋਈ ਮਹਾਪੁਰਖ ਕਰਨਗੇ ਤਾਂ ਉਹਨਾਂ ਨੇ ਉਹਦੇ ਵਿੱਚ ਵੀ ਨਾਮ ਦੀ ਗੱਲ ਤੁਹਾਨੂੰ ਦੱਸ ਦੇਣੀ ਆ ਸੱਚੀ ਗੱਲ ਇਹ ਆ ਹਰ ਅੰਗ ਤੇ ਹਰ ਅੰਗ ਤੇ ਗੁਰੂ ਸਾਹਿਬ ਨੇ ਨਾਮ ਦੀ ਕੋਈ ਅੰਗ ਗੁਰੂ ਗ੍ਰੰਥ ਸਾਹਿਬ ਦਾ ਮੈਂ ਕਹਿਣਾ ਵੀ ਨਹੀਂ ਹੋਊ ਜਿਹੜੇ ਤੇ ਨਾਮ ਦੀ ਗੱਲ ਨਹੀਂ ਹੋਈ ਹੋਗੀ ਫਿਰ ਤਾਂ ਅੱਗੇ ਚਲੋਗੇ ਥੋੜਾ ਫਿਰ ਤਾਂ ਕੋਈ ਸ਼ਬਦ ਨਹੀਂ ਐਸਾ ਗੁਰੂ ਗ੍ਰੰਥ ਸਾਹਿਬ ਦਾ ਜਿੱਥੇ ਨਾਮ ਦੀ ਗੱਲ ਨਹੀਂ ਫਿਰ ਅੱਗੇ ਚਲੋਗੇ ਕੋਈ ਪੰਕਤੀ ਨਹੀਂ ਐਸੀ ਸਤਰ ਜਿੱਥੇ ਨਾਮ ਦੀ ਗੱਲ ਨਹੀਂ ਅੱਖਰ ਅੱਖਰ ਨਾਮ ਦੀ ਗੱਲ ਕਰਦਾ ਇੱਕੋ ਹੀ ਗੱਲ ਨੂੰ ਲੱਗੇ ਆ ਬਸ ਪਰੋੜਤਾ ਕਰਨ ਤਾਂ ਸਿਮਰਨ ਕਰਨ ਬਾਰੇ ਹਾਂ ਇਹ ਆ ਕਿ ਪ੍ਰੀਤਮ ਕੇ ਦੇਸ ਭਾਈ ਗੁਰਦਾਸ ਜੀ ਕਹਿੰਦੇ ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਏ ਉਹ ਇਸ ਤਰ੍ਹਾਂ ਕਰਕੇ ਆ ਹਨਾ ਪੂਛਤ ਪਾਤਕ ਦਾ ਮਾਰਗ ਨਾ ਧਾਰੇ ਭਾਗ ਇਦਾਂ ਕੁਝ ਕਰਕੇ ਆ ਮੈਂ ਗਲਤ ਨਾ ਪੜਾਂ ਉਹ ਕਹਿੰਦੇ ਕਿ ਰਸਤਾ ਪੁੱਛੀ ਜਾਂਦਾ ਆ ਮਾਲੋ ਤੁਹਾਨੂੰ ਕੋਈ ਰਸਤਾ ਪੁੱਛੀ ਜਾਵੇ ਰੋਜ਼ ਹੀ ਇੱਕ ਥਾਂ ਦਾ ਇੱਕੋ ਥਾਂ ਖੜਾ ਮਿਲੇ ਪਿੱਦਰ ਨੂੰ ਤੁਸੀਂ ਰੋਜ਼ ਦੱਸ ਜਿਆ ਉਹਨੂੰ ਖਿਜ ਜਾਓਗੇ ਤੁਸੀਂ ਕਹੋਗੇ ਯਾਰ ਜਾਂਦਾ ਨਹੀਂ ਇੱਥੇ ਪੁੱਛੀ ਜਾਣਾ ਰੋਜ਼ ਅਸੀਂ ਬਹੁਤੇ ਇਸ ਤਰ੍ਹਾਂ ਦੇ ਆ ਪੁੱਛੀ ਜਾਂਦੇ ਆ ਸ਼ਬਦ ਵੀ ਪੜੀ ਜਾਂਦੇ ਆ ਕਥਾ ਵੀ ਸੁਣੀ ਜਾਂਦੇ ਆ ਤੇ ਇੱਕ ਦੂਜੇ ਨੂੰ ਪੁੱਛੀ ਜਾਂਦੇ ਆ ਵੀਡੀਓ ਵੀ ਦੇਖੀ ਜਾਂਦੇ ਆ ਕਿਤਾਬਾਂ ਵੀ ਪੜੀ ਜਾਂਦੇ ਆ ਪਰ ਸ਼ੁਰੂ ਨਹੀਂ ਕਰਦੇ ਕਬੀਰ ਸਾਹਿਬ ਕਹਿੰਦੇ ਸ਼ੁਰੂ ਤਾਂ ਕਰ ਫਿਰ ਪਤਾ ਲੱਗੂਗਾ ਉਹ ਮੈਂ ਇੱਥੇ ਜਾਂ ਢੇਰ ਕਿਤਾਬਾਂ ਪੜ ਕੇ ਨਹੀਂ ਤੁਹਾਨੂੰ ਪਤਾ ਲੱਗਣਾ ਚਾਹੇ ਮੈਂ ਇੱਥੇ ਬੋਲੀ ਜਾਵਾਂ ਜਿੰਨਾ ਮਰਜੀ ਮੈਨੂੰ ਵੀ ਨਾ ਚਿਰ ਪਤਾ ਲੱਗਣਾ ਜਿਹੜਾ 1 ਮਿੰਟ ਜੀ ਬੈਠਿਆ ਪਤਾ ਲੱਗ ਜਾਣਾ ਚੰਗੀ ਗੱਲ ਤਾਂ ਇਹ ਆ ਕਿ ਬੈਠੀਏ 1 ਮਿੰਟ ਲਈ ਬੈਠੀਏ 1 ਮਿੰਟ ਨੇ ਦੱਸ ਦੇਣਾ ਕਿ ਅੱਗੇ ਹੋਰ 10 ਮਿੰਟ ਕਿਉਂ ਬਹਿਣਾ ਆ ਉਹਨਾਂ 10 ਮਿੰਟਾਂ ਦੱਸ ਦੇਣਾ ਕਿ ਕਿੰਟਾ ਕਿਉਂ ਬਹਿਣਾ ਕਬੀਰ ਸਾਹਿਬ ਨੇ ਕਿਹਾ ਕਬੀਰ ਏਕ ਘੜੀ ਆਧੀ ਘੜੀ ਆਧੀ ਹੂ ਤੇ ਆਜ ਵਿਦਵਾਨ ਕਹਿੰਦੇ ਆ ਕਿ ਇਸ ਹਿਸਾਬ ਨਾਲ ਕਬੀਰ ਸਾਹਿਬ ਨੇ ਜੋ ਦੱਸਿਆ ਆ ਘੜੀ ਜਿਹਨੂੰ ਕਹਿੰਦੇ ਆ ਉਹ ਕਹਿੰਦੇ 6 ਮਿੰਟ ਬਣਦੇ ਆ ਇੱਕ ਘੜੀ ਆਧੀ ਘੜੀ आधी ਹੁੰਤੇ ਆ 24 ਮਿੰਟ ਦੀ ਕਹਿੰਦੇ ਘੜੀ ਆ ਮੰਨਦੇ ਵਿਦਵਾਨ ਹਾਲਾਂਕਿ ਕਈ 22 ਮਿੰਟ ਦੇ ਵੀ ਕਹਿੰਦੇ ਆ ਪਰ 24 ਮਿੰਟ ਦੇ ਹਿਸਾਬ ਨਾਲ ਉਹ ਕਹਿੰਦੇ ਕਿ ਫਿਰ ਇੱਕ ਘੜੀ ਆ ਅੱਧੀ ਘੜੀ 12 ਅੱਧੀ ਹੁੰਤੇ ਆ ਆਦ ਕਬੀਰ ਸਾਹਿਬ ਕਹਿੰਦੇ 12 ਦਾ ਅੱਧ 6 ਉਹਨਾਂ ਵਿੱਚ 6 ਮਿੰਟ ਕਿਹਾ ਕਹਿੰਦੇ ਕਬੀਰ ਸਾਹਿਬ ਕਹਿੰਦੇ ਇੱਕ ਨਹੀਂ ਅੱਧੀ ਨਹੀਂ ਉਤੋਂ ਅੱਧੀ ਇੰਨਾ ਟਾਈਮ ਤਾਂ ਕੱਢ ਕਹਿੰਦੇ 6 ਮਿੰਟ ਤੋਂ ਸ਼ੁਰੂ ਕਰ ਲਓ ਕਬੀਰ ਸਾਹਿਬ ਦਾ ਵਚਨ ਮੰਨ ਕੇ ਇਹੀ ਭਾਈ ਵੀਰ ਸਿੰਘ ਜੀ ਕਹਿੰਦੇ ਆ ਉਹ ਕਹਿੰਦੇ 5-6 ਮਿੰਟ ਤੋਂ ਸ਼ੁਰੂ ਕਰ ਲਓ 5 ਮਿੰਟ ਕੁਝ ਨਹੀਂ ਹੁੰਦੇ ਆਪਾਂ ਨੂੰ ਕਿੰਨਾ ਟਾਈਮ ਬੋਲਦਿਆਂ ਨੂੰ ਹੋ ਗਿਆ ਹੁਣ ਇੱਥ 5-6 ਮਿੰਟ ਕੁਛ ਨਹੀਂ ਹੁੰਦੇ ਕਿ ਸਿਮਰਨ ਚ ਲੱਗੇ ਫਿਰ ਤੁਹਾਨੂੰ ਲੱਗਣਾ ਵੀ ਬਾਕੀ ਕੁਝ ਨਹੀਂ ਹੁੰਦੇ ਬਹੁਤ ਪਿੱਛੇ ਰਹਿ ਗਏ ਨੇ ਆ ਬਸ ਇੰਨੀ ਕੀ ਤਕਨੀਕ ਇੰਨੀ ਕੀ ਆ ਦੀ ਬਾਬਾ ਜਨਰਲ ਸਿੰਘ ਜੀ ਦਾ ਜ਼ਿਕਰ ਮੈਂ ਉਸ ਵੀਡੀਓ ਚ ਵੀ ਕੀਤਾ ਸੀਗਾ ਉਹ ਖੇੜਾ ਸਾਹਿਬ ਦਾ ਬਚਨ ਆ ਉਹਨਾਂ ਦਾ ਉਹ ਕਥਾ ਚ ਉਹਨਾਂ ਨੂੰ ਕਥਾ ਦੇ ਬਾਹਰ ਕੋਈ ਪ੍ਰੇਮੀ ਮਿਲਿਆ ਹੋਣਾ ਉਹਨੇ ਪੁੱਛਿਆ ਜੀ ਸਿਮਰਨ ਕਰਨ ਦੀ ਕੋਈ ਦੱਸੋ ਤਕਨੀਕ ਮਹਾਰਾਜ ਜੀ ਢਾਂਗੇ ਦਾ ਕੀ ਆ ਨਾ ਜੁਗਤੀ ਦੱਸੋ ਤਾਂ ਮਹਾਪੁਰਖ ਦੇਖੋ ਸਿੱਧੀ ਝਟਕੀ ਗੱਲ ਉਹਨੇ ਕੀਤੀ ਐਡੇ ਪਹੁੰਚੇ ਹੋਏ ਮਹਾਪੁਰਖ ਬ੍ਰਹਮ ਗਿਆਨੀ ਪਦ ਨੂੰ ਪਹੁੰਚੇ ਹੋਏ ਸੀ ਪਛਾਣਿਆ ਨਹੀਂ ਚਲੋ ਅਸੀਂ ਉਹਨਾਂ ਨੂੰ ਬਾਬਾ ਜਰਨੈਲ ਸਿੰਘ ਜੀ ਨੂੰ ਉਹਨਾਂ ਦਾ ਇਹ ਪੱਖ ਲਪੋਇਆ ਗਿਆ। ਤੋਂ ਉਹਨੂੰ ਮਹਾਂਪੁਰੋ ਕਥਾ ਵਿੱਚ ਫੇ ਕਹਿੰਦੇ ਆ। ਪੁਰਾਣੀ ਰਿਕਾਰਡਿੰਗ ਆ ਬੜੀ ਖੇੜਾ ਸਬਦੀ ਉਹ ਕਹਿੰਦੇ ਕਿ ਪ੍ਰੇਮੀਆਂ ਕਹਿੰਦੇ ਸਿਮਰਨ ਦੀ ਯੁਕਤੀ ਕਾਦੀ ਆ ਕਹਿੰਦੇ ਵਾਇਗਰੂ ਵਾਇਗਰੂ ਕਰੀ ਜਾ। ਕਹਿੰਦੇ ਕੋਈ ਬੋਲਾ ਤਾਂ ਨਹੀਂਗਾ। ਹੈ? ਕਹਿੰਦੇ ਕੋਈ ਬੋਲਾ ਤਾਂ ਨਹੀਂਗਾ। ਵਾਇਗਰੂ ਵਾਇਗਰੂ ਕਰੀ ਜਾ ਉਹ ਸੁਣਦਾ ਹੀ ਆ। ਤੋਂ ਪਹਿਲੀ ਗੱਲ ਇਹ ਹੀ ਆ ਜਿਹੜਾ ਮੰਗਦੇ ਆ ਨਾ ਸਿੱਖਾਂ ਨੂੰ ਤੇ ਵਿਸਾਵਦਾਨ ਭਰੋਸਾਦਾਨ ਉਹ ਇਹ ਹੀ ਆ। ਵਿਸਾਧਾਨ ਗਿਆਨੀ ਪਿੰਦਰਪਾਲ ਜੀ ਨੇ ਇਹਦੀ ਵਿਆਖਿਆ ਬੜੀ ਸੋਹਣੀ ਕੀਤੀ ਵਿਸਾਧ ਤੇ ਭਰੋਸਾ ਕੋਈ ਕਹੂਗਾ ਇਹ ਤਾਂ ਇੱਕੋ ਹੀ ਸ਼ਬਦ ਆ ਦੋ ਵਾਰੀ ਕਿਉਂ ਕਹਤਾ ਇੱਕੋ ਦੇ ਦੋ ਅੱਖਰ ਆ ਅਰਥ ਤਾਂ ਇੱਕੋ ਨਹੀਂ ਉਹ ਕਹਿੰਦੇ ਵਿਸਾਹ ਭਰੋਸਾ ਜੀ ਵੀ ਕਹਿੰਦੇ ਉਹ ਆ ਅੰਤਰ ਉਹ ਕਹਿੰਦੇ ਵਿਸਾਧਾਨ ਵਿਸਾਹ ਇਹ ਆ ਤਈ ਉਹ ਹੈਗਾ ਜਿਹਨੂੰ ਮੈਂ ਜਿਹੜਾ ਸਿਮਰਨ ਕਰ ਰਿਹਾ ਹਾਂ ਉਹ ਹੈ ਤੇ ਭਰੋਸਾ ਇਹ ਆ ਕਿ ਉਹ ਹੈ ਉਹ ਨਹੀਂ ਉਹ ਇੱਥੇ ਹੀ ਆ ਹੈਨਾ ਹੈ ਵਿਸਾਧਾਨ ਤੇ ਭਰੋਸਾਦਾਨ ਵੀ ਇੱਥੇ ਹੀ ਆ ਜਿੱਥੇ ਮੈਂ ਬੈਠਾ ਮੇਰੇ ਸਿਰ ਤੇ ਖੜਾਇਆ ਇਹ ਗੱਲ ਤੋਂ ਸਿਮਰਨ ਨੇ ਕਹੀ ਇਹ ਕਹਿੰਦਾਂ ਦੇ ਵੀ ਲੈ ਖੰਡ 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 ਕਹਿਣਾ ਜੀਵ ਤੇ ਸੁਆਦ ਆ ਜਾਊਗਾ ਇਹਦਾ ਜਵਾਬ ਵੀ ਬੜਾ ਸੋਹਣਾ ਗਿਆਨੀ ਜੀ ਨੇ ਦਿੱਤਾ ਸੀ ਉਹ ਕਹਿੰਦੇ ਬੜੀ ਸੋਹਣੀ ਗੁਰੂ ਸਾਹਿਬ ਨੇ ਸੋਜੀ ਬਖਸ਼ੀ ਕਿਸੇ ਕਹਿੰਦੇ ਪੜੇ ਲਿਖੇ ਨੇ ਪੁੱਛਿਆ ਗੱਲ ਅਗਲੇ ਨੇ ਵੀ ਸੋਹਣੀ ਪੁੱਛੀ ਕਹਿੰਦਾ ਵੀ ਯਾਰ ਖੰਡ 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 ਕਹਿਣਾ ਤੁਸੀਂ ਵਾਇਗਰੂ ਵਾਇਗਰੂ ਤੋਤਾ ਰਟਨ ਕਰੀ ਜਾਂਦੇ ਆ ਖੰਡ ਖੰਡ ਕਹਿਣਾ ਉਹ ਕਹਿੰਦਾ ਕਿੱਦਾਂ ਆਜੂ ਖੰਡ ਦਾ ਸੁਆਦ ਗਿਆਨੀ ਜੀ ਕਹਿੰਦੇ ਮੈਂ ਉਹਨੂੰ ਕਿਹਾ ਪ੍ਰੇਮੀਆਂ ਖੰਡ 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 ਕਹੀ ਜਾ ਖੰਡ ਬਾਹਰ ਪਈ ਆ ਬਾਹਰ ਦਾ ਪਦਾਰਥ ਆ ਬਾਹਰ ਦਾ ਪਦਾਰਥ ਆ ਉਹਦਾ ਸਵਾਦ ਤੂੰ ਅੰਦਰ ਬੋਲੀ ਜਾ ਤੇਰੇ ਕਿਦਾਂ ਆਜੂਗਾ ਉਹ ਕਿਤੇ ਹੋਰ ਪਈ ਆ ਤੂੰ ਕਿਤੇ ਹੋਰ ਬੋਲੀ ਜਾ ਪਰ ਕਹਿੰਦੇ ਵਾਇਗਰੂ 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 ਬਾਹਰ ਤਾਂ ਨਹੀਂ ਪਿਆ ਉਹ ਤਾਂ ਅੰਦਰ ਆ ਘਟ ਘਟ ਰਵਰੇ ਆ ਬਨਵਾਰੀ ਜਲ ਸਲ ਮਈਲ ਗੁਪਤੋ ਵਰਤੈ ਗੁਰ ਸ਼ਬਦੀ ਦੇਖ ਸਿਆਰੀ ਜੀ ਜੈ ਜੈ ਪੈਖੋ ਤੇ ਹਯੂਰ ਦੂਰ ਕਤੋਂ ਨਾ ਜਾਏ ਤੇ ਰਵਦਾਸ ਮਹਾਰਾਜ ਕਹਿੰਦੇ ਕਿ ਰਵਦਾਸ ਹਾਤ ਪੈ ਨੇ ਰਿਆ ਕਹਿੰਦੇ ਹੱਥਾਂ ਪੈਰਾਂ ਤੋਂ ਵੀ ਨੇੜੇ ਆ ਤਾਂ ਗੱਲ ਉਹ ਕਹਿੰਦੇ ਵੀ ਖੰਡ ਤਾਂ ਬਾਹਰ ਪਈ ਆ ਉਦਾਹਰਨ ਟੁਕਦੀ ਨਹੀਂ ਵਾਹਿਗੁਰੂ ਤਾਂ ਅੰਦਰ ਬੈਠਾ ਆ ਉਹ ਬਾਹਰੋਂ ਨਹੀਂ ਆਉਣਾ ਉਹਨੇ ਕਿਤੇ ਉਹਨੇ ਪ੍ਰਗਟ ਹੋਣਾ ਰਸਨਾ ਤੇ ਜਪਨ ਤੋਂ ਮਹਾਰਾਜ ਕਹਿੰਦੇ ਰਸਨਾ ਜਪੀਆ ਕੇਵਲ ਨਾਮ ਫਿਰ ਕਹਿੰਦੇ ਨਾਨਕ ਕਿਆ ਕਰ ਕੇ ਕੇਵਲ ਨਾਮ ਮੈਂ ਕਿਹਾ ਨਾਮ ਤੋਂ ਬਿਨਾ ਗੱਲ ਹੀ ਨਹੀਂ ਕਰਦੇ ਮਹਾਰਾਜ ਹਾਂ ਐਕਸਪਲੇਨ ਕਰ ਰਹਾ ਉਹਨੂੰ ਜੇ ਕੁਝ ਹੋਰ ਤੁਹਾਨੂੰ ਦਿਸਦਾ ਉਹ ਗੱਲ ਨਾਮ ਦਵਾਲੀ ਘੁੰਮ ਰਹੀ ਹੋਗੀ ਬਹੁਤ ਜ਼ੋਰ ਦਿੱਤਾ ਪਹਿਲੀ ਅਸ਼ਟਪਦੀ ਸੁਖਮਨੀ ਸਾਹਿਬ ਦੀ ਮਹਾਰਾਜ ਨੇ ਮੰਗਲ ਕੀਤਾ ਨਮਸਕਾਰ ਕੀਤੀ ਸ਼ੁਰੂ ਚ ਵਾਹਿਗੁਰੂ ਪਰਮੇਸ਼ਰ ਜੀ ਨੂੰ ਫਿਰ ਉਹਨਾਂ ਸਿਮਰਨ ਦੀ ਗੱਲ ਸ਼ੁਰੂ ਕਰਤੀ ਸਭ ਤੋਂ ਪਹਿਲਾਂ ਸੁਖਨੀ ਸਾਹਿਬ ਚ ਉਹਨਾਂ ਨੇ ਬਹੁਤ ਪੱਕਾ ਗੁਰੂ ਸਾਹਿਬ ਨੇ ਸੁਖਨੀ ਸਾਹਿਬ ਚ ਕੋਈ ਪੱਕ ਨਹੀਂ ਛੜਿਆ ਉਹਦੇ ਵਿੱਚ ਮਹਾਰਾਜ ਨੇ ਨਾਮ ਦੀ ਗੱਲ ਕੀਤੀ ਪਹਿਲੀਆਂ ਦੋ ਤਿੰਨ ਅਸ਼ਟਪਦੀਆਂ ਨਾਮ ਦਵਾਲੇ ਘੁੰਮਦੀਆਂ ਬਹੁਤ ਡਿਟੇਲ ਵਿੱਚ ਚੱਲ ਗਿਆ ਗੁਰੂ ਸਾਹਿਬ ਸੁਖਨੀ ਸਾਹਿਬ ਦੀ ਕਥਾ ਸੁਣੋ ਕਿਤੇ ਫਿਰ ਉਹਨਾਂ ਦੱਸਿਆ ਅੱਜ ਆਪਣੇ ਆਲਾ ਉਹਦੀਆਂ ਉਹ ਸਟੇਜਾਂ ਕਿੰਨੀਆਂ ਦੱਸੀਆਂ ਫਿਰ ਉਹਦੀ ਕਿਰਪਾ ਦੱਸੀ ਆ ਵੀ ਉਹਦੀ ਕਿਰਪਾ ਨਾਲ ਕੀ ਕੀ ਹੋ ਰਿਹਾ ਜੇ ਪ੍ਰਸਾਦ ਹੈ ਨਾ ਕਿ ਉਹਨੂੰ ਤੂੰ ਯਾਦ ਨਹੀਂ ਕਰ ਰਿਆ ਫਿਰ ਦੱਸਿਆ ਸਾਧੂ ਸਾਧ ਸੰਗ ਉਹਦੀ ਸੰਗਤ ਕਰਨਾ ਕੀ ਹੁੰਦਾ ਫੇਰ ਅੱਗੇ ਚੱਲਦੇ ਬ੍ਰਹਮ ਗਿਆਨੀ ਕੌਣ ਆ ਫੇਰ ਅੱਗੇ ਦੱਸਤਾ ਕਿ ਫੇਰ ਮਰਨੇ ਕਈ ਕੋਟ ਜ਼ਿਕਰ ਕੀਤਾ ਫੇਰ ਅੱਗੇ ਜਾ ਕੇ 13ਵੇਂ ਸਤਪਤੀ ਸੰਤ ਕੈ ਦੁਖਨ ਉਹਦੇ ਨਿੰਦਕ ਨਾਲ ਕੀ ਕਿੰਗਾ ਬੜੇ ਪੱਖ ਉਹਦੇ ਵਿੱਚ ਤੇ ਗੱਲ ਸਿਮਰਨ ਤੋਂ ਸ਼ੁਰੂ ਕੀਤੀ ਤੋਂ ਅਸੀਂ ਸਿਮਰਨ ਦੀ ਕਿੰਨੀ ਮਰਜ਼ੀ ਗੱਲ ਕਰੀ ਜਾਈਏ ਮੁੱਖਣੀ ਨਹੀਂ ਗੱਲ ਇੰਨੀ ਆ ਕਿ ਸ਼ੁਰੂ ਕਰੀਏ ਮੈਂ ਵੀ ਕਰਾਂ ਸ਼ੁਰੂ ਕਰੀਏ ਗੱਲ ਇਹ ਆ ਵੀ ਜੇ ਮਨ ਦੂਰ ਭੱਜ ਜਾਂਦਾ ਉਹਦੇ ਲਈ ਜ਼ਰੂਰੀ ਹੈ ਕਿ ਸਾਹਿਤ ਜਿਹੜਾ ਨਾ ਗੁਰਮਤ ਸਾਹਿਬ ਭਾਈ ਵੀਰ ਸਿੰਘ ਜੀ ਵਰਗਿਆਂ ਦਾ ਜਾ ਮਹਾਪੁਰਖਾਂ ਦਾ ਜੀਵਨ ਬਾਬਾ ਹਰਨਾਮ ਸਿੰਘ ਜੀ ਦਾ ਹੋ ਗਿਆ ਬਾਬਾ ਅਤਰ ਸਿੰਘ ਜੀ ਬਾਬਾ ਨਨ ਸਿੰਘ ਜੀ ਜਿਸ ਵੀ ਮਹਾਪੁਰਖ ਤਤਵੇਤੇ ਦਾ ਬਾਬਾ ਹਰਕਵਾਲ ਵਾਲੇ ਬਾਬਾ ਜਵਾਲਾ ਸਿੰਘ ਜੀ ਇਸ ਤਰ੍ਹਾਂ ਦੇ ਮਹਾਪੁਰਖਾਂ ਦਾ ਜੀਵਨ ਪੜਿਆ ਜਾਵੇ ਤਾਂ ਸਿਮਰਨ ਲਈ ਸਹਿਜ ਹੀ ਮਨ ਤਿਆਰ ਹੋ ਜਾਂਦਾ ਰਾਜੀ ਹੋ ਜਾਂਦਾ 5-7 ਮਿੰਟ ਤੋਂ ਜ਼ਰੂਰ ਸ਼ੁਰੂ ਕਰੀਏ ਮਨ ਨੂੰ ਤਕੜਾ ਕਰੀਏ ਕਿ ਕੰਮ ਕਰਨਾ ਹੀ ਕਰਨਾ ਆ ਹਨਾ ਜਿੱਦਾਂ ਰੋਟੀ ਖਾਣੀ ਜ਼ਰੂਰੀ ਆ ਉਨਾਂ ਜ਼ਰੂਰੀ ਮੰਨ ਕੇ ਮਸਕੀਨ ਸਾਹਿਬ ਕਹਿੰਦੇ ਇੱਕੋ ਜਗ੍ਹਾ ਤੇ ਬੈਠੋ ਕਹਿੰਦੇ ਰਸੋਈ ਪਾਰਟੀਕੂਲਰ ਜਗ੍ਹਾ ਨਾ ਖਾਣਾ ਬਣਾਉ ਨੂੰ ਰੱਖੀ ਆ ਇੱਥੇ ਹੀ ਬਣਾਉਨੇ ਆ ਆਪਾਂ ਇਹ ਥੋੜੀ ਵੀ ਅੱਜ ਰੋਟੀ ਕਿਤੇ ਬਣਾ ਲਈ ਕੱਲੂ ਕਿਤੇ ਬਣਾ ਲਈ ਠੀਕ ਆ ਨਾ ਉੱਥੇ ਔਰਾ ਬਣਦਾ ਇੱਕ ਉਹ ਕਹਿੰਦੇ ਆ ਤੇ ਸਰੀਰ ਦੀ ਖੁਰਾਕ ਲਈ ਇੱਕ ਜਗ੍ਹਾ ਰੱਖੀ ਆ ਤਿਆਰ ਕਰਨ ਨੂੰ ਆਤਮਾ ਦੀ ਖੁਰਾਕ ਲਈ ਵੀ ਇੱਕ ਜਗ੍ਹਾ ਰੱਖੋ ਉੱਥੇ ਉਹ ਕਹਿੰਦੇ ਵੀ ਔਰਾ ਬਣਦਾ ਉੱਥੇ ਕੋਈ ਕਹਿੰਦੇ ਅੱਤ ਦਾ ਦੁਸ਼ਟ ਬੰਦਾ ਵੀ ਆ ਕੇ ਬਹਿ ਜਾਊਗਾ ਨਾ ਵੀ ਉਸ ਜਗ੍ਹਾ ਤੇ ਜਿੱਥੇ ਰੋਜ਼ ਤੁਸੀਂ ਬਹਿਨੇ ਆਂ 5 ਮਿੰਟ ਉਹ ਬਦਲ ਜਾਊਗਾ ਉਹਦੇ ਅੰਦਰ ਵੀ ਸਮਰਨ ਚੱਲੂਗਾ ਇਸ ਗੱਲ ਨੂੰ ਤਾਂ ਸਾਇੰਸ ਵੀ ਮੰਨਦੀ ਆ ਹਨਾ ਸ਼ੁਰੂ करिए ਇੱਕ ਜਗ੍ਹਾ ਨੂੰ ਰੱਖੀਏ ਕੋਸ਼ਿਸ਼ करिए ਕੋਈ ਵੀ ਜਗ੍ਹਾ ਹੋਵੇ ਉਹ ਤੇਰ ਵੀ ਉਹ ਬਹੁਤ ਵਧੀਆ ਜਗ੍ਹਾ ਵੀ ਨਹੀਂ ਨੇ ਕਹਿੰਦੇ ਕਿ ਰਬਦਾਸ ਜੀ ਮਹਾਰਾਜ ਨੇ ਕਿਹੜਾ ਬਾਬਾ ਵਾਲਾ ਅੰਦਰ ਬਣਾਇਆ ਸੀ ਉਹਨਾਂ ਨੂੰ ਤਾਂ ਘਰੋਂ ਵੀ ਕੱਢਤਾ ਸੀ ਪਿਤਾ ਜੀ ਨੇ ਸਚਾਈ ਤਾਂ ਇਹ ਸੀ ਉਹਨਾਂ ਨੇ ਕਿਹੜਾ ਬਾਬੇ ਵਾਲਾ ਅੰਦਰ ਬਣਾਇਆ ਸੀ ਉੱਥੇ ਕੋਠੀ 'ਚ ਉਹਨਾਂ ਨੂੰ ਤਾਂ ਕੋਈ ਅੰਦਰ ਵੀ ਨਹੀਂ ਸੀ ਉਹਦਾ ਇਮਰੀਲੇ ਰੁੱਖ ਥੱਲੇ ਬੈਠੇ ਸੀ ਉਹਨਾਂ ਦਾ ਤਾਂ ਕੋਈ ਘਰ ਵੀ ਨਹੀਂ ਸੀਗਾ ਕੋਈ ਅੰਦਰ ਵੀ ਨਹੀਂ ਸੀਗਾ ਪਿਤਾ ਜੀ ਨੇ ਪਿਤਾ ਸੰਤੋਖਦਾਸ ਜੀ ਨੇ ਉਸ ਘਰ 'ਚੋਂ ਵੀ ਉਹਨਾਂ ਨੂੰ ਕੱਢ ਦਿੱਤਾ ਸੀਗਾ ਸਮਾਨ ਵੱਖਰਾ ਸਮਾਨ ਵੀ ਮਹਾਰਾਜ ਰਬਦਾਸ ਮਹਾਰਾਜ ਕਹਿੰਦੇ ਕਹਿੰਦੇ ਮੈਨੂੰ ਬਹੁਤ ਵਧੀਆ ਨਹੀਂ ਦਿੱਤਾ ਸੀ ਆਰ ਨਹੀਂ ਜੇ ਤੋਪੋ ਨਹੀਂ ਰੰਬੀ ਠਾਉ ਰੋਪ ਕਹਿੰਦੇ ਆਰ ਵੀ ਉਹ ਤੋਪਾ ਮਾਲੋਕੇ ਕੁੰਡੀ ਕੀ ਦਿੱਤੀ ਪਿਤਾ ਜੀ ਨੇ ਸਮਾਨ ਵੀ ਨਖਿੱਧ ਦਿੱਤਾ ਮੈਨੂੰ ਪੁਰਾਣਾ ਬਜ਼ੁਰਗਾਂ ਦਾ ਉਹ ਆਪਣੀ ਬਾਣੀ ਚ ਕਹਿੰਦੇ ਆ ਦੇ ਕੇ ਪਾਸੇ ਕਰਦਾ ਕਹਿੰਦੇ ਤੇ ਪਰ ਅੰਦਰ ਸੀਗਾ ਨਾ ਅੰਦਰ ਜੁੜ ਗਈ ਸੀ ਗੱਲ ਫੇ ਕਮਰਿਆਂ ਕੁਮਰਿਆਂ ਦੀ ਕਬੀਰ ਸਾਹਿਬ ਨੇ ਕਿਹਾ ਬਾਬਾਈ ਵਾਲਾ ਅੰਦਰ ਸਾਡੇ ਬਾਬਾਈ ਵਾਲੇ ਅੰਦਰ ਬਣੇ ਹੁੰਦੇ ਉੱਤੇ ਗੁਟਕੀਆਂ ਦੇ ਘਟਾ ਚੜਿਆ ਹੁੰਦਾ ਮਾਲਾ ਟੰਗੀਆਂ ਹੁੰਦੀਆਂ ਅੰਦਰ ਬਾਬਾਈ ਵਾਲਾ ਅੰਦਰ ਹੈ ਜਿਹੜਾ ਸਭ ਤੋਂ ਵੱਡਾ ਅੰਦਰ ਹੈ ਨਾ ਇਹਦੇ ਅੰਦਰ ਬੈਠੀਏ ਕਿਤੇ ਵੀ ਬੈਠੋ ਉੱਥੇ ਹੀ ਨਾ ਦਾ ਗੁਰੂ ਸਾਹਿਬ ਕਿਰਪਾ ਕਰਨਾ ਮੈਂ ਵੀ ਬੈਠ ਸਕਾਂ ਅਸੀਂ ਸਿਮਰਨ ਨੂੰ ਸ਼ੁਰੂ ਕਰੀਏ ਵਾਹਿਗੁਰੂ ਵਾਹਿਗੁਰੂ ਵਾ ਠੀਕਾ ਹੋਰ ਸਾਡੇ ਲਈ ਕੁਝ ਨਹੀਂ ਗੁਰੂ ਸਾਹਿਬ ਨੇ ਵਾਹਿਗੁਰੂ ਸ਼ਬਦ ਇਹ ਚ ਕੋਈ ਸ਼ੱਕ ਨਾ ਰਹੇ ਕਿ ਜਪਣਾ ਕੀ ਵਾਹਿਗੁਰੂ ਹੀ ਸਾਡਾ ਗੁਰਮੰਤਰ ਵਾਹਿਗੁਰੂ ਗੁਰਮੰਤਰ ਹੈ ਜਪਹੁ ਮੈਂ ਕੋਈ ਭਾਈ ਗੁਰਦਾਸ ਜੀ ਨੇ ਕਲੀਅਰ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਵਾਹਿਗੁਰੂ 13 ਵਾਰ ਸ਼ਾਇਦ ਆਇਆ ਕਿਸੇ ਨੇ ਸੋਝੀ ਭਾਈ ਸੀ ਤੋ ਤੁਸੀਂ ਇਸ ਪਾਸੇ ਨੂੰ ਹੋਰਾਂ ਨਾਲ ਵੀ ਵੀਡੀਓ ਸਾਂਝੀ ਕਰਿਓ ਤਾਂ ਕਿ ਸਿਮਰਨ ਵਾਲੇ ਪਾਸੇ ਹੋਰ ਵੀ ਕੋਤੁਰ ਸਕੇ ਆਪਾਂ ਵੀ ਸਾਰੇ ਤੁਸੀਂਏ ਬਹੁਤ ਬਹੁਤ ਧੰਨਵਾਦ ਜੀ ਅਗਲੀ ਕਿਸੇ ਵੀਡੀਓ ਚ ਜਲਦੀ ਮਿਲਦੇ ਹਾਂ ਕਿਸੇ ਨਵੀਂ ਵਿਚਾਰਨਾ ਉਦੋਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ